ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿੱਚ ਅੱਜ ਕੁਝ ਲੋਕਾਂ ਨੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਸ਼ਹਿਰ ਦੇ ਬੂੜਾ ਗੁੱਜੇ ਰੋਡ 'ਤੇ ਦੋ ਔਰਤਾਂ ਨੂੰ ਘਰੋਂ ਘੜੀਸ ਕੇ ਬਾਹਰ ਸੜਕ ਵਿਚਾਲੇ ਲਿਆ ਕੇ ਬੁਰੀ ਤਰ੍ਹਾਂ ਕੁੱਟਿਆ, ਜਿਸ ਦੀ ਇੱਕ ਬੱਚੇ ਵੱਲੋਂ ਬਣਾਈ ਵੀਡੀਓ ਵਾਇਰਲ ਹੋ ਚੁੱਕੀ ਹੈ। ਇਸ ਵਿੱਚ ਬੱਚਾ ਖੁਦ ਵੀ ਰੋ ਰੋ ਕੇ ਕਹਿ ਰਿਹਾ ਕਿ ਮੇਰੀ ਮੰਮੀ ਨੂੰ ਬਚਾ ਲਓ, ਮੇਰੀ ਮੰਮੀ ਮਾਰ ਦਿੱਤੀ ਹੈ। ਵੀਡੀਓ ਵਿੱਚ ਕੁਝ ਲੋਕ ਇੱਕ ਔਰਤ ਨੂੰ ਸੜਕ 'ਤੇ ਲੰਮੇ ਪਾ ਕੇ ਬੈਲਟਾਂ, ਲੱਤਾਂ, ਰਾਂਗਾਂ, ਸੋਟਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਨੇ। ਉਸ ਨੂੰ ਛੁਡਾਉਣ ਆਈ ਉਸਦੀ ਮਾਂ ਨੂੰ ਵੀ ਵਾਲਾਂ ਤੋਂ ਫੜ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ। ਇਸ ਘਟਨਾ ਤੋਂ ਬਾਅਦ ਮਾਵਾਂ ਧੀਆਂ ਨੂੰ ਲੋਕਾਂ ਵੱਲੋਂ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਨੇ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਹਰਕਤ ਵਿੱਚ ਆ ਗਈ ਹੈ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਕਾਂਗਰਸੀ ਕੌਂਸਲਰ ਅਤੇ ਉਸਦੇ 3 ਭਰਾਵਾਂ ਸਮੇਤ 10 ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਪੀੜਤ ਔਰਤ ਦੇ ਬੱਚੇ ਵੱਲੋਂ ਬਣਾਈ ਗਈ ਵੀਡੀਓ ਵਿੱਚ ਕਾਂਗਰਸੀ MC ਰਾਕੇਸ਼ ਚੌਧਰੀ ਦਾ ਭਰਾ ਸਨੀ ਚੌਧਰੀ ਅਤੇ 2 ਹੋਰ ਲੜਕਿਆਂ ਵੱਲੋਂ ਪੀੜਤ ਔਰਤ ਨੂੰ ਘਰੋਂ ਬਾਹਰ ਖਿੱਚ ਕੇ ਸੜਕ 'ਤੇ ਲਿਆਂਦਾ ਗਿਆ ਅਤੇ ਉਸ ਨੂੰ ਲੱਤਾਂ ਮੁੱਕੀਆਂ, ਡੰਡੇ ਅਤੇ ਬੈਲਟਾਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ। ਕੁੱਟਮਾਰ ਕਰਨ ਵਾਲਿਆਂ ਦੇ ਨਾਲ ਇੱਕ ਔਰਤ ਵੀ ਦਿਖਾਈ ਦੇ ਰਹੀ ਹੈ। ਪੀੜਤ ਔਰਤ ਦੀ ਮਾਂ ਉਸ ਨੂੰ ਛੁਡਾਉਣ ਲਈ ਆਉਂਦੀ ਹੈ ਤਾਂ ਉਸ ਨੂੰ ਵੀ ਹਮਲਾਵਰਾਂ ਵੱਲੋਂ ਧੱਕੇ ਮਾਰਦਿਆਂ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਹੈ। ਮਹਿਲਾ ਨੂੰ ਕੁੱਟਣ ਦੇ ਦੋਸ਼ ਕਾਂਗਰਸੀ MC ਰਾਕੇਸ਼ ਚੌਧਰੀ ਦੇ ਭਰਾ ਸਨੀ ਚੌਧਰੀ ਤੇ ਉਸਦੇ ਸਾਥੀਆਂ ਉੱਤੇ ਲੱਗੇ ਨੇ। ਬੇਰਾਮੀ ਨਾਲ ਮੈਨੂੰ ਕੁੱਟਿਆ ਇਹਨਾਂ ਨੇ, ਰਾਕੇਸ਼ ਚੌਧਰੀ ਉਹਨਾਂ ਨੇ ਸਾਰਿਆਂ ਨੇ ਮੈਨੂੰ ਘੜੀਸ ਘੜੀਸ ਕੇ ਸੜਕ ਤੇ ਕੁੱਟਿਆ, ਕੋਈ ਗੱਲ ਵੀ ਨਹੀਂ ਆ। ਇੱਕ ਰਿਸ਼ੂ ਸੀ ਜੀ, ਇੱਕ ਸ਼ਨੀ ਚੌਧਰੀ ਸੀ, ਇੱਕ ਸ਼ਰੇਸ਼ ਸੀਗਾ, ਇੱਕ ਰਕੇਸ਼, ਇੱਕ ਰੂਪ ਸੀ ਜੀ। ਬਾਅਦ 'ਚ ਉਹਨਾਂ ਦੀਆਂ ਬੁੜੀਆਂ ਆਈਆਂ 2-3। ਜਿਸ 'ਤੇ ਪੁਲਿਸ ਨੇ ਇਮੀਡੀਏਟਲੀ ਐਕਟ ਕਰਦੇ ਹੋਏ ਉਸ ਜਗ੍ਹਾ 'ਤੇ ਪਹੁੰਚੀ, ਲੇਡੀ ਨੂੰ ਹੋਸਪਿਟਲ ਐਡਮਿਟ ਕਰਾਇਆ ਗਿਆ ਸੀ। ਪੁਲਿਸ ਨੇ ਉੱਥੇ ਪਹੁੰਚ ਕੇ ਉਹਦਾ ਬਿਆਨ ਲਿਖ ਕੇ FIR ਰਜਿਸਟਰ ਕੀਤੀ ਹੈ ਅਤੇ ਕੁਛ ਦੋਸ਼ੀਆਂ ਨੂੰ ਰਾਊਂਡ ਅਪ ਕੀਤਾ ਗਿਆ। ਸਰ, ਇਹ ਕਿਸੇ ਕੌਂਸਲਰ ਦੇ ਬ੍ਰਦਰ ਦੱਸੇ ਜਾ ਰਹੇ? ਹਾਂਜੀ, ਕੌਂਸਲਰ ਨੇ ਰਕੇਸ਼ ਚੌਧਰੀ ਉਹਦੇ ਬ੍ਰਦਰ ਦੱਸੇ ਜਾ ਰਹੇ ਨੇ, ਜਿਨ੍ਹਾਂ 'ਚੋਂ ਇਹਨਾਂ 'ਚੋਂ ਇੱਕ ਅਕਿਊਜ਼ਡ ਹੈ। ਸਰ, ਸਾਰੀ ਟੋਟਲ ਗ੍ਰਿਫਤਾਰੀ ਕਦ ਤੱਕ ਹੋ ਜਾਏਗੀ? ਜਲਦ ਤੋਂ ਜਲਦ ਗ੍ਰਿਫਤਾਰ ਕਰਦੇ ਹਾਂ ਇਸ 'ਤੇ ਕੁਛ ਪਰਸਨ ਨੂੰ, 3 ਪਰਸਨ ਨੂੰ ਰਾਊਂਡ ਅਪ ਕੀਤਾ, ਬਾਕੀ ਜਿੰਨੇ ਅਕਿਊਜ਼ ਨੇ ਉਹਨਾਂ ਨੂੰ ਜਲਦ ਤੋਂ ਜਲਦ ਟੀਮਸ ਬਣਾ ਕੇ ਅੱਡਾ ਤਰ੍ਹਾਂ ਭੇਜਿਆ ਗਿਆ, ਅੱਡਾ ਡਾਇਰੈਕਸ਼ਨ ਭੇਜਿਆ ਗਿਆ। ਜਲਦ ਤੋਂ ਜਲਦ ਸਾਰਿਆਂ ਨੂੰ ਅਕਿਊਜ਼ ਨੂੰ ਗ੍ਰਿਫਤਾਰ ਕੀਤਾ ਜਾਏ। ਸਰ, FIR ਦੇ ਵਿੱਚ ਕੀ ਧਾਰਾ ਲਾਈਆਂ? FIR ਦਰਜ ਹੋਈ ਗਈ 452, 307, 323, 120B, 354, 354B, 148, 149।